ਦੇਖਦੇ ਸਾਰ ਤੈਨੂੰ ਸਾਰ ਰੁਕ ਜਾਂਦੇ ਨੇ, ਕੈਸੀ ਹੈ ਚੰਦਰੀ ਸਜ਼ਾ ਮੇਰੇ ਸਾਵਾਂ। ਥੈਂਕ ਵੀਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬੀਬੀਸੀ ਪੰਜਾਬੀ ਤੇ। ਯੂ ਸੋ ਮਚ ਜੀ। ਤੁਸੀਂ ਅਜੋਕੀ ਗਾਇਕੀ ਦਾ ਜੋ ਟ੍ਰੈਂਡ ਹੈ ਉਹਨੂੰ ਛੱਡ ਕੇ ਇੱਕ ਵੱਖਰੀ ਸ਼ਾਂਤ ਜਿਹੀ ਗਾਇਕੀ ਚੁਣੀ ਹੈ, ਇਹਦੇ ਪਿੱਛੇ ਵੀ ਕੀ ਕਾਰਨ ਹੈ? ਮੈਂ ਹੈ ਹੀ ਇਸ ਤਰ੍ਹਾਂ ਦਾ, ਮੇਰੇ ਅੰਦਰੋਂ ਚੀਜ਼ ਨਿਕਲਦੀ ਹੈ ਜਿਸ ਤਰ੍ਹਾਂ ਦੀ, ਮੈਂ ਉਦਾਂ ਦਾ ਹੀ ਕੰਮ ਕਰ ਰਿਹਾ। ਜਿਹੜਾ ਗੀਤ ਮਾਲਕ ਦੇ ਦਿੰਦਾ ਹੈ ਉਹ ਮੈਂ ਤੁਹਾਡੇ ਸਾਹਮਣੇ ਲਿਆਉਂਦਾ ਹਾਂ। ਸੋ ਇਹਦੇ 'ਚ ਮੇਰੀ ਆਪਣੀ ਕੋਈ ਸਿਆਣਪ ਜਾਂ ਕੋਈ ਮੇਰਾ ਦਿਮਾਗ ਨਹੀਂ ਹੈਗਾ। ਤੇ ਜੇ ਤੁਸੀਂ ਪੁੱਛਦੇ ਹੋ ਕਿ ਮੈਂ ਇਹਨਾਂ ਇਹੀ ਜੀ ਸਿਲੈਕਸ਼ਨ ਰੱਖੀ ਕਿਵੇਂ, ਹੋਇਆ ਕਿਵੇਂ, ਹੈ ਨਾ, ਤਾਂ ਉਹ ਸੁਭਾਵਕ ਸੀਗਾ, ਉਹ ਪਰਿਵਾਰਕ ਸੀਗਾ। ਕਿਉਂਕਿ ਮੇਰੇ ਘਰ ਦੇ ਵਿੱਚ ਮਾਹੌਲ ਇਦਾਂ ਦਾ, ਕਿਉਂਕਿ ਮੈਂ ਕਦੀ ਵੀ ਵੋਕੈਬਲਰੀਜ਼ ਨਹੀਂ ਪੜ੍ਹੀਆਂ ਜਾਂ ਮੈਂ ਕਦੀ ਔਖੇ ਲਫ਼ਜ਼ਾਂ ਦੀ ਚੋਣ 'ਚ ਨਹੀਂ ਬੈਠਾ ਕਿ ਯਾਰ ਇੱਥੇ ਮੈਨੂੰ ਆਹ ਵਰਡਸ ਦੀ ਕਮੀ ਲੱਗਦੀ ਹੈ ਜਾਂ ਐਂ ਕਰ ਲਾਂ ਜਾਂ ਔਂ ਕਰ ਲਾਂ। ਜਿਹੜੇ ਅੱਖਰ ਮੇਰੀ ਆਮ ਬੋਲਚਾਲ ਦੇ ਵਿੱਚ ਹੈਗੇ ਨੇ ਉਹੀ ਅੱਖਰ ਮੇਰੇ ਗੀਤਾਂ ਵਿੱਚ ਹੁੰਦੇ ਆ। ਸਮੇਂ ਸਮੇਂ ਤੇ ਇਹ ਬਹਿਸ ਚੱਲਦੀ ਰਹਿੰਦੀ ਹੈ ਕਿ ਪੰਜਾਬੀ ਗੀਤਾਂ ਦੇ ਵਿੱਚ ਗਨ ਕਲਚਰ ਨੂੰ ਗਲੋਰੀਫਾਈ ਕੀਤਾ ਜਾਂਦਾ ਹੈ। ਇੱਕ ਤੁਹਾਡਾ ਕਹਿੰਦਾ ਹੈ ਕਿ ਇਹਨਾਂ ਦਾ ਬੁਰਾ ਅਸਰ ਪੈਂਦਾ ਹੈ, ਗਲਤ ਰਾਹ ਦਿਖਾਉਂਦੇ ਨੇ ਪੀੜ੍ਹੀ ਨੂੰ ਅਜਿਹੇ ਗੀਤ। ਜਿਹੜੇ ਇਹਨਾਂ ਗੀਤਾਂ ਦੀ ਹਮਾਇਤ ਕਰਦੇ ਨੇ ਉਹ ਕਹਿੰਦੇ ਨੇ ਕਿ ਗੀਤ ਸਿਰਫ ਮਨੋਰੰਜਨ ਦੇ ਲਈ ਨੇ, ਇਹਦਾ ਕੋਈ ਅਸਰ ਕਿਸੇ ਦੇ ਦਿਮਾਗ ਤੇ ਨਹੀਂ ਪੈਂਦਾ। ਮੈਂ ਕਹਿੰਦਾ ਕਿ ਤੁਸੀਂ ਇੱਕ ਪੰਜਾਬ ਦਾ ਇੱਕ ਮੁੰਡਾ ਬਾਹਰ ਜਾਂਦਾ, ਕੈਨੇਡਾ ਜਾਂਦਾ, ਉਹਦਾ ਬੱਚਾ ਜੰਮਦਾ ਹੈ ਉੱਥੇ, ਕੀ ਉਸ ਬੱਚੇ ਨੂੰ ਅੰਗਰੇਜ਼ੀ ਸਿਖਾਉਣੀ ਪੈਂਦੀ ਹੈ? ਉਹ ਮਾਹੌਲ ਚੋਂ ਸਿੱਖ ਲੈਂਦਾ ਹੈ। ਜੇ ਇੱਕ ਬੱਚੇ ਦੀ ਮਾਨਸਿਕਤਾ ਤੇ ਉਹਦਾ ਮਾਹੌਲ ਇੰਨਾ ਅਸਰ ਕਰਦਾ ਹੈ ਤਾਂ ਇੱਕ ਜਵਾਨ ਤੇ ਵੀ ਤਾਂ ਕੁਛ ਨਾ ਕੁਛ ਅਸਰ ਹੁੰਦਾ ਹੀ ਹੋਊਗਾ ਨਾ, ਜਦੋਂ ਅਸੀਂ ਐਗਰੈਸਿਵ ਗੀਤ ਸੁਣਦੇ। ਤੁਸੀਂ ਇੱਕ ਗੱਲ ਦੇਖਿਓ, ਜਦੋਂ ਪੁਰਾਣੇ ਸਿੰਘ ਜੰਗਾਂ ਨੂੰ ਨਿਕਲਦੇ ਸੀ ਤਾਂ ਢਾਡੀ ਵਾਰਾਂ ਕਿਉਂ ਗਾਈਆਂ ਜਾਂਦੀਆਂ ਸੀ, ਜਾਂ ਉਦੋਂ ਕਵੀਸ਼ਰੀ ਹੀ ਕਿਉਂ ਗਾਈ ਜਾਂਦੀ ਸੀ, ਜਾਂ ਚੰਡੀ ਦੀ ਵਾਰ ਕਿਉਂ ਪੜ੍ਹੀ ਜਾਂਦੀ ਸੀ? ਕਿ ਇਹੋ ਜਿਹਾ ਮਾਹੌਲ ਸਿਰਜਿਆ ਜਾਵੇ ਕਿ ਇਹਨਾਂ ਦੇ ਵਿੱਚ ਗਰਮ ਖਿਆਲੀ ਜਿਹੜੀ ਹੈ ਉਹ ਭਰੀ ਜਾਵੇ, ਇਹਨਾਂ 'ਚ ਜੋਸ਼ ਭਰਿਆ ਜਾਵੇ, ਸੋ ਦੈਟ ਜੰਗ ਦੇ ਮੈਦਾਨ 'ਚ ਉਤਰਨ ਤੋਂ ਪਹਿਲਾਂ ਹੀ ਇਹ ਗਰਮ ਹੋ ਜਾਣ, ਹੈ ਨਾ। ਸੋ ਇਹਦਾ ਮਤਲਬ ਸੰਗੀਤ ਬਹੁਤ ਗਹਿਰਾ ਅਸਰ ਛੱਡਦਾ ਹੈ ਸਾਡੇ, ਅਸੀਂ ਕੀ ਸੁਣਦੇ ਹਾਂ, ਕੀ ਦੇਖਦੇ ਹਾਂ, ਕੀ ਪੜ੍ਹਦੇ ਆ, ਇਹ ਬਹੁਤ ਗਹਿਰੇ ਅਸਰ ਕਰਦੇ। ਜਿਹੜੇ ਅੱਜ ਕੱਲ੍ਹ ਦੇ ਨਵੇਂ ਗਾਇਕ ਨੇ ਜਿਨ੍ਹਾਂ ਨੂੰ ਜਿਹੜੇ ਸੋਚਦੇ ਆ ਕਿ ਲੋਕ ਸ਼ੋਰ ਸ਼ਰਾਬੇ ਵਾਲੀ ਤੇ ਗਨ ਕਲਚਰ ਵਾਲੀ ਜੱਟਵਾਦ ਵਾਲੀ ਗਾਇਕੀ ਸੁਣਨਾ ਪਸੰਦ ਕਰਦੇ ਨੇ, ਤੇ ਉਹ ਕਹਿੰਦੇ ਨੇ ਕਿ ਸਫਲ ਹੋਣ ਲਈ ਸਾਨੂੰ ਇਸ ਤਰ੍ਹਾਂ ਦੇ ਗੀਤ ਗਾਉਣੇ ਪੈਂਦੇ ਨੇ, ਕਿਉਂਕਿ ਬਹੁਤ ਸਾਰੇ ਅੱਜ ਕੱਲ੍ਹ ਨਵੇਂ ਮੁੰਡੇ ਕੁੜੀਆਂ ਜਿਹੜੇ ਗਾਇਕੀ ਚਾਹੁੰਦੇ ਨੇ ਕੋਈ ਕਰਜ਼ਾ ਚੁੱਕੇ ਜਾਂ ਜ਼ਮੀਨ ਵੇਚ ਕੇ ਗੀਤ ਕੱਢਦੇ ਨੇ, ਤੇ ਨਵਜੀਤ ਸਫਲ ਜੀ, ਹੋਣ ਦਾ ਮੈਂ ਰਿਸਕ ਨਹੀਂ ਉਹ ਕਹੂੰਗਾ, ਲੈਣਾ ਚਾਹੁੰਦੇ। ਇੱਥੇ ਮੈਂ ਗੱਲ ਕਹੂੰਗਾ ਆਪਣੇ ਆਪਣੇ ਜ਼ਮੀਰ ਦੀ। ਜੇ ਤਾਂ ਤੁਸੀਂ ਜ਼ਮੀਰ ਮਾਰ ਕੇ ਪੈਸਾ ਕਮਾਉਣਾ ਤਾਂ ਤੁਸੀਂ ਕਮਾ ਸਕਦੇ ਆ। ਵੈਲ ਪੁਣੇ ਪਹਿਲਾਂ ਵੀ ਹੁੰਦੇ ਸੀ ਪੰਜ, ਪਰ ਪਿੰਡ 'ਚ ਇੱਕ ਅੱਧਾ ਵੈਲੀ ਹੁੰਦਾ ਸੀਗਾ, ਤੇ ਉਹ ਵੈਲੀ ਆਪਣੇ ਬੱਚਿਆਂ ਨੂੰ ਨਹੀਂ ਸੀ ਕਹਿੰਦਾ ਕਿ ਤੁਸੀਂ ਵੀ ਵੈਲੀ ਬਣਿਓ। ਕਹਿੰਦਾ ਹੁੰਦਾ ਸੀ ਮੈਂ ਤਾਂ ਸਾਰੀ ਜ਼ਿੰਦਗੀ ਖੂਹ ਖਾਤੇ ਪਾਈ, ਤੁਸੀਂ ਨਾ ਜੇ ਕੰਮ ਕਰਿਓ, ਸਮਝਾਉਂਦੇ ਹੁੰਦੇ ਸੀ। ਪਰ ਹੁਣ ਉਹ ਚੀਜ਼ ਪ੍ਰਾਊਡਲੀ ਕਹੀ ਜਾਂਦੀ ਆ ਵੀ ਜੀ ਮੈਂ ਤਾਂ 4 ਬੋਤਲਾਂ ਪੀ ਲੈਂਦਾ ਆ, ਮੈਂ ਤਾਂ ਐਂ ਕਰ ਲੈਂਦਾ ਆ, ਮੈਂ ਤਾਂ ਬਹੁਤ ਸਹੀ ਆ, ਹੈ ਨਾ। ਉਹਨੂੰ ਪ੍ਰਾਊਡਲੀ ਪ੍ਰੈਜੈਂਟ ਕੀਤਾ ਜਾਂਦਾ। ਇਹ ਪ੍ਰਾਊਡਲੀ ਪ੍ਰੈਜੈਂਟ ਕਰਨ ਵਾਲੀਆਂ ਗੱਲਾਂ ਨਹੀਂ ਹੈਗੀਆਂ। ਮੈਂ ਇੱਕ ਸ਼ਸਤਰਧਾਰੀ ਸਿੰਘ ਆ, ਮੈਂ ਵੀ, ਹੈ ਨਾ, ਉਹਨੂੰ ਸ਼ਸਤਰਾਂ ਨਾਲ ਬਹੁਤ ਪਿਆਰ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਕੱਢ ਕੇ ਨੁਮਾਇਸ਼ ਕਰਦਾ ਕਰਾਂ। ਸ਼ਸਤਰ ਹੁੰਦੇ ਆ ਲੋੜ ਵਾਸਤੇ, ਔਰ ਸਿਆਣੇ ਹਮੇਸ਼ਾ ਕਹਿੰਦੇ ਕਿ ਸ਼ਸਤਰ ਉਹੀ ਹੈ ਜਿਹੜਾ ਬੁੱਕਲ ਦੇ ਵਿੱਚ ਹੈ। ਜੇ ਤੁਸੀਂ ਰੱਖਿਆ ਔਰ ਤੁਹਾਨੂੰ ਵਰਤਣਾ ਨਹੀਂ ਆਉਂਦਾ, ਤੁਹਾਨੂੰ ਉਹਦੇ ਗੁਣ ਤੇ ਔਗੁਣ ਨਹੀਂ ਪਤਾ ਹੈਗੇ ਨਾ, ਤਾਂ ਤੁਹਾਡੇ ਤੇ ਵੀ ਚੱਲ ਸਕਦਾ। ਸੋ ਇਹ ਗਲੋਰੀਫਾਈ ਕਰਨ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ। ਸ਼ਸਤਰ ਨਾਲ ਪ੍ਰੇਮ ਜ਼ਰੂਰ ਹੋਣਾ ਚਾਹੀਦਾ, ਪੰਜਾਬੀਆਂ ਦੇ ਖੂਨ ਦੇ ਵਿੱਚ ਆ, ਅਸੀਂ ਸ਼ਸਤਰਾਂ ਦੇ ਨਾਲ ਹੀ ਸਿੱਧਾ ਘੋੜਿਆਂ ਦੀਆਂ ਕਾਠੀਆਂ ਤੇ ਸੌਣ ਵਾਲੇ ਬੰਦੇ ਆ। ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸ਼ਰੇਆਮ ਗੋਲੀਆਂ ਚਲਾਉਂਦੇ ਫਿਰੀਏ, ਅਸੀਂ ਸ਼ਰੇਆਮ ਜਾ ਕੇ ਐਵੇਂ ਗੁੰਡਾਗਰਦੀ ਕਰਦੇ ਫਿਰੀਏ, ਇਹ ਇਹ ਮਤਲਬ ਨਹੀਂ ਹੈਗਾ, ਇਹ ਹੋਣਾ ਵੀ ਨਹੀਂ ਚਾਹੀਦਾ। ਤੇ ਦੂਸਰੀ ਗੱਲ, ਜੇ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਦੇਖੋ ਹੱਕ ਕਹਿੰਦੇ ਨੇ, ਕਈ ਕਈ ਵਾਰੀ ਕਹਿ ਕਹਿ ਦਿੰਦੇ ਨਹੀਂ ਜੀ ਹਥਿਆਰ ਚੁੱਕਣਾ ਜ਼ਰੂਰੀ ਹੈ ਜੀ, ਹੱਕ ਨਹੀਂ ਮਿਲਦੇ, ਇੱਦਾਂ ਤੁਹਾਡਾ ਠੀਕ ਹੈ, ਉਹ ਹੀਲਾ ਰਸਤਾ ਆ।
ਗੁਰੂ ਸਾਹਿਬ ਨੇ ਵੀ ਸਾਨੂੰ ਇਹੀ ਕਿਹਾ ਕਿ ਉਹ ਖੀਰਲਾ ਰਸਤਾ ਆ, ਪਰ ਪਹਿਲੇ ਰਸਤੇ ਅਜਮਾ ਕੇ ਤਾਂ ਦੇਖਣੇ ਚਾਹੀਦੇ ਆ ਨਾ, ਜੇ ਉਹ ਅਜਮਾਏ ਨੇ ਤਾਂ ਸਿੱਧਾ ਖੀਰਲਾ ਫੜ ਲਿਆ ਤਾਂ ਉਹ ਸਿਆਣਪ ਨਹੀਂ, ਉਹ ਬੇਵਕੂਫੀ ਆ। ਤੁਹਾਡੇ ਲਿਖੇ ਤੇ ਰਣਜੀਤ ਬਾਵਾ ਦੇ ਗਾਏ ਗੀਤ ਮੇਰਾ ਕੀ ਕਸੂਰ ਤੇ ਵੀ ਵਿਵਾਦ ਹੋਇਆ ਸੀ, ਹਨਾ, ਜਦੋਂ ਤੁਸੀਂ ਇਹ ਗੀਤ ਲਿਖਿਆ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਸ਼ਾਇਦ ਜੋ ਮੈਂ ਲਿਖ ਰਿਹਾ ਜਾਂ ਜੋ ਇਹ ਗੀਤ ਹੈ ਇਹ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦਾ ਹੈ ਜਾਂ ਇਸ ਤੇ ਵਿਵਾਦ ਹੋ ਸਕਦਾ? ਫਿਲੋਸਫਰ ਨੇ ਹਰੇਕ ਚੀਜ਼ ਨੂੰ ਚੈਲੰਜ ਕਰਨਾ ਹੁੰਦਾ, ਹਰ ਇੱਕ ਤਰ੍ਹਾਂ ਦੀ ਆਸਥਾ ਨੂੰ ਵੀ ਚੈਲੰਜ ਕਰਨਾ ਹੁੰਦਾ। ਗੁਰੂ ਨਾਨਕ ਸਾਹਿਬ ਜੇ ਹਿੰਦੂ ਪਰਿਵਾਰ 'ਚ ਜੰਮੇ ਸੀ ਤਾਂ ਉਹਨਾਂ ਨੇ ਜਨੇਵ ਨੂੰ ਵੀ ਚੈਲੰਜ ਕੀਤਾ ਸੀ, ਤੇ ਫਿਰ ਮੇਰੀ ਵੀ ਇਹ ਲਿਬਰਟੀ ਬਣਦੀ ਹੈ ਕਿ ਮੈਂ ਵੀ ਗਾਤਰੀ ਨੂੰ ਚੈਲੰਜ ਕਰਕੇ ਇਹ ਗੱਲ ਪੁੱਛ ਸਕਦਾ ਕਿ ਜੇ ਅਸੀਂ ਆਪਣੇ ਵਿਚਾਰ ਨਹੀਂ ਅੰਦਰ ਰੱਖੇ ਹੋਏ ਤਾਂ ਗਾਤਰਾ ਪਾਉਣ ਦਾ ਜਾਂ ਬਾਣਾ ਪਾਉਣ ਦਾ ਫਾਇਦਾ ਕੀ। ਫਿਰ ਮੈਂ ਵੀ ਇਸ ਗੱਲ ਤੇ ਚੈਲੰਜ ਕਰ ਸਕਦਾ ਕਿ ਜੇ ਸਾਡੇ ਮੰਦਿਰ ਦੀਆਂ ਪੌੜੀਆਂ ਦੇ ਵਿੱਚ ਇੱਕ ਭੁੱਖਾ ਬੈਠਾ ਮਰ ਰਿਹਾ ਤੇ ਤੁਸੀਂ ਦੁੱਧ ਲੈ ਕੇ ਪੌੜੀਆਂ ਚੜ੍ਹ ਰਹੇ ਹੋ ਤਾਂ ਫਿਰ ਉਸ ਭਗਵਾਨ ਦਾ ਮੈਂ ਕੀ ਕਰਾਂ। ਠੀਕ ਹੈ ਜੀ, ਉਹ ਗਾਣਾ ਮੇਰਾ, ਮੈਨੂੰ ਪਤਾ ਸੀ ਉਹਦੇ ਤੇ ਥੋੜਾ ਬਹੁਤ ਵਿਵਾਦ ਤਾਂ ਹੋਣਾ, ਪਰ ਮੈਂ ਇੰਨਾ ਐਕਸਪੈਕਟ ਨਹੀਂ ਕੀਤਾ ਸੀ ਜਿੰਨਾ ਹੋਇਆ। ਮੈਨੂੰ ਇਹ ਸੀਗਾ ਕਿ ਹਾਂ ਕੁਛ ਕੁ ਲੋਕ ਸ਼ਾਇਦ ਉਸ ਚੀਜ਼ ਨੂੰ ਹਜ਼ਮ ਨਾ ਕਰ ਪਾਉਣ ਕਿਉਂਕਿ ਉਹਨਾਂ ਦੀਆਂ ਸਿਆਸੀ ਰੋਟੀਆਂ ਉਸੇ ਚੀਜ਼ ਦੇ ਉੱਤੇ ਚੱਲਦੀਆਂ। ਜਾਤੀਵਾਦ ਖਿਲਾਫ ਲਿਖੇ ਮੇਰਾ ਕੀ ਕਸੂਰ ਗਾਣੇ ਤੇ ਵੀ ਵਿਵਾਦ ਹੁੰਦਾ ਹੈ, ਤੇ ਉਸੇ ਸਮਾਜ ਦੇ ਵਿੱਚ ਜਦੋਂ ਗਨ ਕਲਚਰ ਤੇ ਗੀਤ ਆਉਂਦੇ ਨੇ ਉਸ ਤੇ ਵੀ ਵਿਵਾਦ ਹੁੰਦਾ ਹੈ, ਤੇ ਕੋਈ ਮੰਗ ਕਰਦਾ ਕਿਸੇ ਤਰ੍ਹਾਂ ਦੇ ਕੰਟੈਂਟ ਨੂੰ ਬੈਨ ਕਰਨ ਦੀ, ਕੋਈ ਕਿਸੇ ਹੋਰ ਤਰ੍ਹਾਂ ਦੇ ਕੰਟੈਂਟ ਨੂੰ ਬੈਨ ਕਰਨ ਦੀ ਮੰਗ ਕਰਦਾ ਹੈ, ਤੇ ਬੈਨ ਕਰਨ ਦੀ ਬਹਿਸ ਤੁਸੀਂ ਕਿਹੜੇ ਪਾਸੇ ਖੜੇ ਹੋ? ਇਸ ਚੀਜ਼ ਵਾਸਤੇ ਸੈਂਸਰ ਬੋਰਡਸ ਬਣੇ ਹੋਏ ਆ, ਪਰ ਕਿਤੇ ਨਾ ਕਿਤੇ ਪੰਜਾਬ ਨੂੰ ਆਪਣਾ ਇੰਡੀਵਿਜੁਅਲ ਸੈਂਸਰ ਬੋਰਡ ਖੜਾ ਕਰਨਾ ਪਊਗਾ ਇਹਦੇ ਵਾਸਤੇ, ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਦੇਣਾ ਆ, ਕੀ ਪਰੋਸਣਾ ਆ, ਇਹ ਸਾਨੂੰ ਸੋਚਣਾ ਪਊਗਾ। ਜਿਹੜੀ ਬੋਲਣ ਦੀ ਆਜ਼ਾਦੀ ਆ ਉਹ ਐਗਜ਼ਿਸਟ ਕਰਦੀ ਆ, ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਅਸੀਂ ਕੁਛ ਵੀ ਬੋਲ ਦਈਏ, ਇਹਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਗਾਣਿਆਂ ਦੇ ਵਿੱਚ ਗਾਲਾਂ ਲਿਖ ਕੇ ਸਿੱਧੇ ਤੌਰ ਤੇ ਗਾਉਣੀਆਂ ਸ਼ੁਰੂ ਕਰ ਦਈਏ, ਜਾਂ ਇਹਦਾ ਮਤਲਬ ਇਹ ਵੀ ਨਹੀਂ ਅਸੀਂ ਉਲਟੇ ਪੁਲਟੇ ਗੀਤ ਗਾਉਣੇ ਸ਼ੁਰੂ ਕਰ ਦਈਏ। ਹੁਣ ਇਹ ਸੈਂਸਰ ਬੋਰਡ ਇੱਕ ਵਧੀਆ ਢਾਂਚਾ ਬਣਨਾ ਚਾਹੀਦਾ ਹੈ ਜਿਹੜਾ ਡਿਸਾਈਡ ਕਰੇ ਕਿ ਕਿਹੜਾ ਗੀਤ ਬੈਨ ਹੋਣਾ ਚਾਹੀਦਾ, ਕਿਹੜਾ ਨਹੀਂ ਬੈਨ ਹੋਣਾ ਚਾਹੀਦਾ। ਹੋ ਸਕਦਾ ਕੋਈ ਚੀਜ਼ ਜੋ ਕਿਸੇ ਨੂੰ ਗਲਤ ਲੱਗ ਰਹੀ ਹੋਵੇ ਉਹ ਦੂਜੇ ਨੂੰ ਉਹ ਚੀਜ਼ ਸਹੀ ਲੱਗ ਰਹੀ ਹੋਵੇ, ਤੇ ਉਦੋਂ ਫਿਰ ਕਿਸ ਤਰੀਕੇ ਨਾਲ ਆਪਾਂ ਹੱਲ ਤੇ ਪਹੁੰਚ ਸਕਦੇ ਹਾਂ? ਦੇਖੋ ਉਹਦਾ ਇਹ ਆ, ਦੇਖੋ ਫਿਲੋਸਫਰਸ ਨੂੰ ਆਜ਼ਾਦੀ ਤਾਂ ਹੈਗੀ ਆ ਬੋਲਣ ਦੀ, ਬੋਲਣਾ ਵੀ ਚਾਹੀਦਾ ਆ, ਪਰ ਉਹਦੇ ਚੋਂ ਇਹ ਦੇਖਣਾ ਚਾਹੀਦਾ ਕਿ ਇਹਦੇ ਚੋਂ ਉੱਨਤੀ ਹੈ, ਇਹਦੇ ਚੋਂ ਵਿਕਾਸ ਹੈ, ਕਿ ਇਹਦੇ ਚੋਂ ਸਾਡਾ ਡਾਊਨਫਾਲ ਹੈ। ਹੁਣ ਜੇ ਆਪਾਂ ਗੱਲ ਨਸ਼ਿਆਂ ਦੀ ਕਰਦੇ ਹਾਂ ਤਾਂ ਉਹਦੇ ਚ ਤਾਂ ਕਿਸੇ ਤਰ੍ਹਾਂ ਦੀ ਵੀ ਉੱਨਤੀ ਨਹੀਂ ਹੋ ਸਕਦੀ ਨਾ,